ਕਿਉਂਕਿ ਭਾਈ ਇਹ ਕਿਹੜਾ ਦੀ ਤੁਹਾਨੂੰ ਅਸੀਂ 버ਗਰ ਖਵਾਉਣਾ ਹੈ ਉਹਦਾ ਨਾਮ ਹੈਗਾ ਐਂਗਸ 버ਗਰ ਐਂਗਸ 버ਗਰ ਨਾਮ ਤਾਂ ਬੜਾ ਅਜੀਬ ਜਿਹਾ ਹੈਗਾ ਐਂਗਸ 버ਗਰ ਕਿ ਹੈਂਗਰ 버ਗਰ ਕਿਸ ਬਲਾ ਦਾ ਨਾਮ ਹੈ ਕੋਈ ਜਾਨਵਰ ਵਗੈਰਾ ਦਾ ਨਾਮ ਹੈ ਐਂਗਸ 버ਗਰ ਐਂਗਸ 버ਗਰ ਐਂਗਸ ਬੰਦੇ ਵਰਗੇ ਨਾਂ ਰੱਖੇ ਨੇ ਬਰਗਰਾਂ ਦੇ ਰਾਣਾ ਸਾਹਿਬ ਐਂਗਸ ਕਿੰਜ ਸਾਡੇ ਇੱਥੇ ਕੱਟਾ ਹੁੰਦਾ ਹੈ ਨਾ ਹਾਂ ਇੰਜ ਬਾਹਰ ਦੇ ਮੁਲਕਾਂ 'ਚ ਐਂਗਸ ਇੱਕ ਕੱਟੇ ਦਾ ਰਹੇ ਵੱਡਾ ਗੋਸ਼ ਕਿਨੂੰ ਅਸੀਂ ਖਾਂਦੇ ਹਾਂ ਨਾ ਉਹਦਾ ਬਾਹਰ ਐਂਗਸ ਕਹਿੰਦੇ ਆ ਅਤੇ ਅਸੀਂ ਇੱਥੇ ਕੱਟਾ ਕਹਿੰਦੇ ਹਾਂ ਉਹਨਾਂ ਅਤੇ ਇੰਜ ਕਹੋ ਨਾ ਕਿ ਬੱਛਾ ਕੱਟਾ ਬੱਛਾ ਯਾਨੀ ਕਿ ਮੱਝ ਦਾ ਬੱਛਾ ਇੱਥੇ ਸਾਨੂੰ ਤਾਂ ਪਤਾ ਕੱਟੇ ਦਾ ਗੋਸ਼ਤ ਬੱਛੇ ਦਾ ਗੋਸ਼ਤ ਬੱਕਰੇ ਦਾ ਗੋਸ਼ਤ ਅਤੇ ਬਾਕੀ ਮੁਰਗੀ ਹੈ ਐਂਗਸ ਇੱਕ ਨਵਾਂ ਹੀ ਜਾਨਵਰ ਦੱਸ ਦਿੱਤਾ ਹੁਣ ਸਾਨੂੰ ਨਹੀਂ ਪਤਾ ਭਾਅ ਜੀ ਮੈਂ ਤਾਂ ਮੁਸ਼ਕਿਲ ਹੀ ਦੇਖੋ ਮੈਂ ਨਹੀਂ ਅੱਛਾ ਅੱਛਾ ਕੱਟਿਆਂ ਦਾ ਕੀ ਜਾਨਵਰ ਹੈਗਾ ਵੈਰੀ ਗੁੱਡ ਜਨਾ ਖਵਾਓ ਜਨਾ ਵੇਖੀਏ ਕੱਟਿਆਂ ਦਾ ਕਿਹੋ ਜਿਹਾ ਜਾਨਵਰ ਹੈਗਾ ਅਤੇ ਕਿਹੋ ਜਿਹਾ ਕੱਟੇ ਦਾ ਬਰਗਰ ਬਣਿਆ ਹੋਇਆ ਚਲੋ ਦਿਖਾਓ ਜੀ ਖਾਂਦੇ ਹਾਂ ਦੇਖਦੇ ਹਾਂ ਕੀ ਚੀਜ਼ ਅਸੀਂ ਤਾਂ ਕੱਟੇ ਬੱਚੇ ਦਾ ਖਾਧਾ ਹੈ ਹੁਣ ਉਹਨਾਂ ਦੇ ਵੀ ਵੇਖਦੇ ਹਾਂ ਕਿ ਐਂਗਸ ਕੀ ਚੀਜ਼ ਹੈਗੀ ਮੈਨੂੰ ਮੈਨੂੰ ਉਹਦੀ ਫੋਟੋ ਦਿਖਾਓ ਐਂਗਸ ਦੀ ਐਂਗਸ ਹੋਰਾਂ ਨੂੰ ਮੈਂ ਮਿਲ ਕੇ ਦੇਖਾਂਗਾ ਕਿ ਵਾਕਈ ਐਂਗਸ ਹੋਰੀ ਖਾਣ ਦੇ ਕਾਬਲ ਹੈਗੇ ਨੇ ਇਹਨੂੰ ਐਂਗਸ ਕਹਿੰਦੇ ਲਓ ਜੀ ਉਹਨੂੰ ਪਹਿਲਾਂ ਦੱਸੋ ਤੁਸੀਂ ਬੱਚੇ ਦਾ ਗੋਸ਼ ਖਵਾਉਣਾ ਮੈਨੂੰ ਵੱਖਰੇ ਪਰੇਸ਼ਾਨ ਕੀਤਾ ਐਂਗਸ ਮੈਂ ਹੈਗਾ ਪਤਾ ਨਹੀਂ ਦੁਨੀਆਂ ਦੇ ਇੱਕ ਮੱਖਰੀ ਮਖਲੂਕ ਆ ਗਈ ਐਂਗਸ ਜਿਹੜਾ ਅਸੀਂ ਦੇਖਿਆ ਨਹੀਂ ਇਹ ਤਾਂ ਬੱਚਾ ਇਹਦੇ ਦਾ ਸ਼ੌਕ ਨਾਲ ਲੋਕ ਖਾਂਦੇ ਨੇ ਯਾਰ ਮੂੰਹ ਮੇਰਾ ਛੋਟਾ ਅਤੇ ਬਰਗਰ ਇੰਨਾ ਵੱਡਾ ਕੰਮ ਕੁਛ ਗੜਬੜ ਨਹੀਂ ਇਹਦੇ ਵਿੱਚ ਦੋ ਸ਼ਾਮੀ ਦੋ ਐਂਗਸ ਪਾਏ ਨੇ ਉਹਨਾਂ ਨੇ ਟਿੱਕੀਆਂ ਅਤੇ ਵਿੱਚ ਪਤਾ ਨਹੀਂ ਕੀ ਪਾਇਆ ਕਰੀਮ ਪਾਈ ਹੈ ਉਸ ਤੋਂ ਬਾਅਦ ਉਹਨੇ ਸਲਾਦ ਪਾਈ ਹੈ ਅਤੇ ਮੇਰਾ ਖਿਆਲ ਹੈ ਕੋਈ ਚੀਜ਼ ਵੀ ਪਾਈ ਹੋਣੀ ਔਰ ਕਰੀਮ ਵੀ ਪਾਈ ਹੋਣੀ ਲਓ ਜੀ ਇਹ ਕੈਸਾ ਬਰਗਰ ਹੈ ਐਂਗਸ ਵੀ ਅੱਡਾ ਬਲਾ ਮਾਸ਼ਾਅੱਲਾ ਅਤੇ ਬਰਗਰ ਵੀ ਕਾਫੀ ਬਲਾ ਬਣਿਆ ਬੰਦੇ ਦੀ ਤਸੱਲੀ ਹੋ ਜਾਏਗੀ ਦੁਬਾਰਾ ਤਮੰਨਾ ਨਹੀਂ ਹੋਏਗੀ ਭੁੱਖ ਦੀ ਇਹ ਵਿੱਚ ਉਹਨਾਂ ਨੇ ਅੱਛਾ ਇਹ ਕਬਾਬ ਚ ਉਹ ਇਹ ਨਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਚੱਪਲ ਕਬਾਬ ਨਹੀਂ ਇੱਥੇ ਪਾਉਂਦੇ ਇਹ ਉਸ ਤਰ੍ਹਾਂ ਦਾ ਲੱਗ ਰਿਹਾ ਚਲੋ ਦੇਖਦੇ ਹਾਂ ਥੱਲੇ ਉਹਨਾਂ ਕਰੀਮ ਸ਼ਰੀਮ ਵੀ ਲਾਈ ਹੋਈ ਹੈ ਇਹਨੂੰ ਦੇਖ ਕੇ ਨਾ ਮੂੰਹ 'ਚ ਪਾਣੀ ਆ ਰਿਹਾ ਮੇਰੇ ਅਤੇ ਹੁਣ ਖਾ ਕੇ ਵੇਖਦਾ ਕੀ ਜ਼ਾਇਕਾ ਲੇਕਿਨ ਇਹਦੇ ਵਾਸਤੇ ਬਹੁਤ ਵੱਡਾ ਮੂੰਹ ਖੋਲ੍ਹਣਾ ਪੈਣਾ ਸਾਨੂੰ ਕਿਉਂਕਿ ਬਰਗਰ ਡਬਲ ਟਿੱਕਾ ਲੱਗਾ ਐਂਗਸ ਦਾ ਵਿੱਚ ਬਿਸਮਿਲ੍ਲਾਹ ਯਾਰ ਬਰਗਰ ਹੁਣ ਖਾਵਾਂਗੇ ਕਿਸ ਤਰ੍ਹਾਂ ਬਹੁਤ ਵੱਡਾ ਹੈ ਬਰਗਰ ਵੈਸੇ ਇਹ ਕਹਿੰਦਾ ਬਹੁਤ ਅੱਛਾ ਬਣਿਆ ਹੈ ਭਾਰਾ ਵੀ ਹੈ ਕਹਿੰਦਾ ਹੈਲਦੀ ਹੈਗਾ ਲੇਕਿਨ ਇਹ ਹੈਗਾ ਕਿ ਇਹਦਾ ਨਾ ਕਿਸੇ ਗੋਸ਼ਤ ਜਾਂ ਨਮਕੀਨ ਜਾਂ ਜਿਵੇਂ ਊਠ ਦਾ ਗੋਸ਼ਤ ਹੁੰਦਾ ਨਮਕੀਨ ਜਾਂ ਹਰਨ ਦਾ ਇਸ ਤਰੀਕੇ ਇਸ ਟਾਈਪ ਦਾ ਹੈਗਾ ਨਮਕੀਨ ਦਾ ਜ਼ਾਇਕਾ ਆ ਰਿਹਾ ਬੜਾ ਮਜ਼ੇਦਾਰ ਲੱਗ ਰਿਹਾ ਯਕੀਨ ਮੰਨੋ ਬੜੇ ਬੜੇ ਮੈਂ ਬਰਗਰ ਖਾਧੇ ਨੇ ਲੇਕਿਨ ਮੈਨੂੰ ਵੱਡਾ ਗੋਸ਼ ਵੈਸੇ ਬੜਾ ਪਸੰਦ ਹੈ ਅਤੇ ਮੈਨੂੰ ਬੜਾ ਅੱਛਾ ਲੱਗਿਆ ਬਹੁਤ ਪਿਆਰਾ ਬਣਾਇਆ ਐਂਗਲਸ ਬਰਗਰ ਜਿਹੜੇ ਗੋਸ਼ ਵਿੱਚ ਪਿਆ ਨਾ ਐਂਗਲਸ ਦਾ ਮੈਨੂੰ ਇੰਝ ਲੱਗ ਰਿਹਾ ਜਿਵੇਂ ਇਹ ਨਾ ਕੋਲਿਆਂ ਦੀ ਵੀ ਸਮੈਲ ਆ ਰਹੀ ਹੈ ਲੱਗਦਾ ਮੈਨੂੰ ਗ੍ਰਿਲ ਦੇ ਉੱਤੇ ਟਿੱਕੀ ਜ਼ਰਾ ਪੱਕ ਕੇ ਫਿਰ ਬਰਗਰ ਦੇ ਵਿੱਚ ਚਾਹੀਦਾ ਤਾਂ ਮਾਸਾ ਹੀ ਕੀ ਹੋ ਗਿਆ ਬੜੀ ਪਿਆਰੀ ਖੁਸ਼ਬੂ ਆ ਰਹੀ ਆ ਹਾਏ ਹਾਏ ਬਾਕੀ ਬਰਗਰਾਂ 'ਚ ਨਹੀਂ ਕਦੀ ਇਹੋ ਜਿਹੀ ਖੁਸ਼ਬੂ ਦੇਖੀ ਲੇਕਿਨ ਐਂਗਸ ਹੋਰੀ ਵਾਕਈ ਛਾਦੇ ਨੇ ਯਾਰ ਮਜ਼ਾ ਬਹੁਤ ਆ ਰਿਹਾ ਪਿਛਲੀ ਦਫ਼ਾ ਜਿਹੜਾ ਬਰਗਰ ਖਾਧਾ ਸੀ ਨਾ ਉਹ ਛੋਟਾ ਜਿਹਾ ਬਰਗਰ ਸੀ ਇਹ ਬਰਗਰ ਖਾਧਾ ਹੈ ਤਾਂ ਬਰਗਰ ਵੱਡਾ ਸਾਰਾ ਹੈ ਅਤੇ ਇਹਨੂੰ ਖਾਣ ਵਾਸਤੇ ਵੀ ਪੂਰਾ ਮੂੰਹ ਖੋਲ੍ਹਣਾ ਪਿਆ ਹੈ ਅਤੇ ਨਾਲੇ ਬਰਗਰ ਨਾ ਜਿਵੇਂ ਕਿਲੋ ਜਿੰਨਾ ਭਾਰਾ ਹੈ ਇਸ ਤਰ੍ਹਾਂ ਕਰਕੇ ਹੈਗਾ ਫਿਰ ਸਮਾਸ਼ਾ ਦਾ ਜਿਹੜਾ ਬੰਦ ਹੈਗਾ ਤਿਲ ਲੱਗੇ ਨੇ ਤਿਲਾਂ ਦਾ ਬੰਦ ਹੈਗਾ
ना वे सलाद पत्ता पिया है, टमाटर पिया है, चीज़ साजो किसी वह भी पई हुई चटनी वगैरह वास्ते सब मजीद ज्यादा जायकेदार है। ये तो कुछ नमकीन है बड़ा ना जी नाल कैचअप वगैरह ये पाई ना सर चीज जो पिया है सलाद पत्ता वगैरह उन्हें नाल वो भी नमकीन का जायका बड़ा अच्छा जायका दे रहा। अगर छोटा होंगे ना मैं एकदम मुँह पा के खा जाना है, बड़ा वाला बड़ा मुँह नहीं आ रहा लिहाजा ठीक है। ऐसी मिर्चा भी उन्होंने मुनासिब पाई ना तो बहुत मजेदार बर्गर है। यह बर्गर मैं अज पहली दफा खा रहा यह जी खुशबूं अज पहली दफा आ रही हैं बर्गर के पिछों। पहले बर्गर बड़े खाते ने चीज़ बर्गर बड़े बड़े वे हैवी बर्गर मैकडोनल दे के एफ सी दे जी एस पी दे पता नहीं केड़े केड़े बर्गर खा लेने लेकिन यह बर्गर जोड़ा ना वेरी गुड यार नंबर वन। एक दी खुशबू बड़ी प्यारी आ रही की मज़ा आ रहा बगैर कैचअप तो। हूँ मैं जरा कैचअप पता नहीं है जी ला के चेक कर दूँ इस कबाब तरह बने हुए ने टिक्कियां जड़ी लगे ना कबाब तरह बनिया हुई एंगस बर्गर अच्छा बर्गर है खा बस खाना काम है उंज ठीक है। मैं वेखिया जाए तो वैसे अंब तो असं खाते ही नहीं चिकन का शामी कबाब या शामी टिक्की का यह जहाँ मुख्तलिफ जहाँ हल्के होंगे बड़ा भारा जहा है इनू दोपहर के खाने वास्ते खाधे जाए तो समझ दोपहर की भुख नहीं लगनी क्योंकि बड़ा भैली और हैल्दी है यानी कि बर्गर जो है इंज लग रहा है देखो ना तो शेप इंज लग रही कछू घूमा हूँ धोन कड़ लेगा बाहर पैर अंदर किए उन्हें कछू घूमे तेरा लग रहा है और देखो बिल्कुल शेप कछू घूमे वर्गी है देख लो इस तरह देख लो। असं पेंडू जो लोग हाँ असं रोटियां खाने वाले हैं रोटी तोड़ी सालन च लाई खा ली बर्गर जो खाना ना बड़ा औखा जहा काम है बल ट्राई की खाधा अच्छा लगा। वैसे सर एक गल है साढ़े इलाके यहोजी चीज़ नहीं मिलती है बर्गर जहाँ क्योंकि उत्थे देसी चीज़ा मिल देसी खुराक मिल जिमें तो वाला कोशिश पाया ना बर्गर तो सा वा कोशिश चौल इन चीज़ा पा खवाई रखते हैं तो कीमा कहते कहने पीछे होडे कोच का कीमा लिया सीख कबाब की तरह लग रहा मैं जिस सीख कबाब नहीं खाने उस तरह लग रहा मुझे मज़ा ही इन्ना आ रहा कि मैं बर्गर ही खावा सुकून ना गल्ला कर दिल नहीं कर रहा अच्छे पहली दफा कोई चीज़ अच्छी बर्गर मिले खाने जो दिल भी किया वाह आह यार ना साढ़े यार पिंडा थावान से ना बर्गर मिलता है छोटा जहाँ तो 50-60 रुपए का होंगे तो यह बर्गर व्डा भी है तो महंगा भी है तो इस वास्ते खाधा है तो अच्छा लगा देखो ना नाल मैं तुम खा के मैं दस ही जा रहा कि हर निवाला जरा ना समझो एक व्डे कुछ अद्धा समझो एक बोटी अंदर जा रही है जिमें असं रोस्ट बनाने रोस्ट नहीं करते या टिक्के वगैरह रोस्ट किए होंगे ने लेकिन व्डे कुछ अद्धे योजी वो बूटी खाते योजा बूटियाँ अंदर जा रही जिमें ए जा रही ने बस जगह तो मैं हैरान हो जाता कि इन्ना इन्ना व्डा क्यों बना लेंगे इन्होंने मूँह इन्ने इन्ने एंडा कोंडा जिस तरह खा जाते हैं जिस एंडा कोंडा बंदे खा जाता वो बहुत बहुत गया लेकिन साढ़े मूँह नहीं खुलते पता नहीं की गल साढ़े बाड़े छोटे छोटे ने उन्होंने कद भी छे छे फुटे ने उन्होंने वास्ते तो एक नवाला ही बड़ा है। पहले तो मैंने ड्राई दिता सी रंग सिखाना थानू मैं पता नहीं कि आराम चीज खा लगे बाद च पता लगे एंगस होरी का क्या आवाज है छाग है नहीं तो साढ़े चैनल सबसक्राइब करो बैल आइकन दबाओ तो दोस्तों शेयर करा करो अपना ढेर सारा ख्याल रखना एंगस होर भी खाया करो बड़ा मज़ेदार है फिर मिलेंगे इंशाल्लाह अल्लाह हाफिज़।